खून पसीने की कमाई हर एक इंसान के वलों कमा के बुढ़ापे के वरतों के लिए जिहड़ी कि सेफ रखी जाती हैगी है। पर अज जे गल करिए जिथे लोग अपना कमाया होया धन घर लुटा खोहां तो डरते बैंकों नूं जिहड़ा कि स्पष्ट समझा जाता है कि बैंकों के अपनी राशि जिहड़ी जमा कराई जाती है कि साडी उत्थे रकम सेफ होवेगी। ज़्यादातर लोगों के वलों FD करवा के जिहड़ा अपना पैसा रख्या जाता है किसी समय कि सानू बुढ़ापे दे विच काम आवे। पर अज तुहानू असी एक ओ कहानी दिखाउण जा रहे हां कि बैंक दे विच वी जिहड़ा कि पैसा सेफ नहीं हैगा। 7 साल बाद कुंभकर्णी नींद जिहड़ा इस समय बैंक जिहड़ा उठिया है तो उस तो बाद दे विच एक इंसान है चमकौर सिंह जिन्हों ये 50,000 का जिहड़ा कि चूना बैंक दे वल्लों जिहड़ा लगाया गया हैगा। तस्वीरां तुहानू पहलां दिखाउणे ये ओ इंसान ने जिन्हां दे बेटे दा अकाउंट है जिस दे विचों करीब 50,000 रुपया बैंक दे वल्लों कढ लिया गया हैगा। उन्होंने आरोप ने कि बैंक ने साडे नाल फ्रॉड किया हैगा, पर बाकी उन्होंने जानांगे कि यह सारा मामला की है, इन्होंने पैसे क्यों उन्होंने कढे गए ने। सब तो पहला जी तुसीं ये दसो कि बैंक केड़ा हैगा ते की ठगी की वजी। इंडियन ओवरसीज बैंक दिल्ली गेट ठगी वजी मेरे बेटे की FD है, उन्होंने तोड़ के आपे खाते पा लिए, कोई नोट्स नहीं कोई कुछ नहीं, तो 50,107 रुपये 4-5 नूं कढ लै। बैंक ने बैंक का कहना है कि 2016 के विच तुहाडे बेटे के खाते 50,000 रुपया आया है। सन 2016 की गल 16 ठीक है, तो उस समय तुहाडे नाल कोई संपर्क नहीं किया गया? कोई संपर्क नहीं किया गया जी। जां तुहानू पता है कोई पैसे आए अमाउंट तुहानू पता होवे कि साडे आई हैगी कोई तुहाडे कोल स्टेटमेंट जां उहनां कोई दित्ती स्टेटमेंट? ना कुछ कुछ नहीं दित्ता जी, कोई भी नहीं स्टेटमेंट नहीं दित्ता, कुछ नहीं दित्ता जी। अच्छा, तो हुण इह आपां गल करिए करीब 7 साल हो गए ने 2016 की गल, हुण सन 2023 चलदा पिया हैगा, तो किन्ने दिन हो गए ने पैसे कढ्या? 4 ਤਰੀਕ ਨੂੰ ਕੱਢੇ ਖਾਤੇ 50,000 ਰੁਪਇਆ ਆ ਗਿਆ ਤੇ ਮੈਂ ਬੈਂਕ ਗਿਆ। ਪਹਿਲਾਂ ਗਿਆ ਮੈਂ ਬੈਂਕ ਗਿਆ ਬੈਂਕ ਜਾ ਕੇ ਪੁੱਛਿਆ ਤੇ ਮੈਨੇਜਰ ਸਾਹਿਬ ਕਹਿਣ ਲੱਗੇ ਕਿ ਇਹ ਕਿਸੇ ਦੀ FD ਹੈ, FD ਨਹੀਂ ਕਿਸੇ ਦਾ ਲੋਨ ਕੌਣ ਸਾਡਾ ਬੈਂਕ ਦਾ ਵਿਆਜ ਖਾਤਾ ਹੈ, ਇਹ ਖਾਤਾ ਨਹੀਂ ਦੇ ਸਕਦੇ। ਤੇ ਕੈਸ਼ੀਅਰ ਕਹਿਣ ਲੱਗਾ ਜੀ ਇਹ ਕਿਸੇ ਦੀ FD ਤੁਹਾਡੇ ਖਾਤੇ ਪੈ ਗਈ ਹੈ। ਮੈਂ ਬੇਟੇ ਨੂੰ ਕਿਹਾ, ਮੈਂ ਬੇਟਾ ਜੇ ਪੈਸੇ ਆਏ ਨੇ ਆਪਾਂ ਦੇਣੇ ਨੇ। ਬੇਟਾ ਕਹਿੰਦਾ ਪੈਸੇ ਪਾਪਾ ਦੇਵਾਂਗੇ, ਇਹ ਖਾਤਾ ਦੇ ਦੇਣ ਆਪਾਂ ਉਸ ਖਾਤੇ 'ਚ ਪੈਸੇ ਬੈਂਕ ਟ੍ਰਾਂਸਫਰ ਕਰ ਦਿੰਦੇ ਹਾਂ। ਜੇਕਰ ਆਪਾਂ ਉਸ ਖਾਤੇ ਦੇ ਵਿੱਚ ਪੈਸੇ ਨਹੀਂ ਪਾਉਂਦੇ ਉਹਦੇ ਐਂਟਰੀ ਫਿਰ ਬੋਲੇਗੀ, ਫਿਰ ਆਪਾਂ ਨੂੰ ਪੈਸੇ ਦੇਣ ਦਾ ਫਾਇਦਾ ਨਾ ਰਿਹਾ। ਇਹਨਾਂ ਨੇ ਬਿਨਾਂ ਪੁੱਛੋਂ ਤਾਂ ਮੈਨੂੰ ਕਹਿ ਰਿਹਾ ਵੀ ਬੈਂਕ ਤੁਸੀਂ ਆਓ ਆਪਾਂ ਬਹਿ ਕੇ ਚਾਹ ਪੀਵਾਂਗੇ ਜੀ, ਉਹ ਕਰਾਂਗੇ। ਇਹਨਾਂ ਨੇ FD ਤੋੜੀ ਬੇਟੇ ਦੀ, FD ਤੋੜ ਕੇ ਖਾਤੇ ਪਾਈ, ਖਾਤੇ 'ਚ 50,107 ਰੁਪਈਏ ਕੱਢ ਕੇ ਦੇ। ਇੱਥੇ ਆ ਨਾ, ਤੁਹਾਨੂੰ ਫੋਨ ਆਇਆ ਕਿ ਤੁਸੀਂ ਫੋਨ ਤੇ ਫਿਰ ਗਏ ਨਹੀਂ? ਤੁਹਾਨੂੰ ਜਦੋਂ ਤੁਸੀਂ ਸਮਾਂ ਲਿਆ ਹੋਣਾ ਅਸੀਂ ਕੱਲ੍ਹ ਨੂੰ ਆਵਾਂਗੇ, ਜਾਂ ਉਸ ਤਾਂ ਉਸੇ ਦਿਨ ਗਏ ਨਹੀਂ ਕਿ ਤੁਸੀਂ ਜਾਂ ਗਏ ਸੀ? ਮੈਂ ਦੂਸਰੇ ਦਿਨ ਗਿਆ ਜੀ, ਮੈਂ ਦੂਸਰੇ ਮੈਂ ਜਦੋਂ ਤੁਹਾਨੂੂੰ ਫੋਨ ਆਇਆ ਤੁਸੀਂ ਕੀ ਕਿਹਾ ਸੀ ਉਹਨਾਂ ਨੂੰ? ਜਦੋਂ ਮੈਂ ਫੋਨ ਆਇਆ ਸੀ ਮੈਂ ਕਿਹਾ ਮੈਂ ਜਲੰਧਰ ਆ, ਮੈਂ ਜਲੰਧਰ ਤੋਂ ਆ ਰਿਹਾ, ਮੈਂ ਕੱਲ੍ਹ ਆਵਾਂਗਾ। ਜਦੋਂ ਮੈਂ ਦੂਸਰੇ ਦਿਨ ਗਿਆ ਆ, ਇਹਨਾਂ ਨੇ ਮੇਰੇ ਨਾਲ ਕੋਈ ਗੱਲ ਹੀ ਨਹੀਂ ਕੀਤੀ, ਨਾ ਮੈਨੇਜਰ ਨੇ ਕੀਤੀ, ਨਾ ਕੈਸ਼ੀਅਰ ਨੇ ਕੀਤੀ। ਇਹ 50,000 ਦੇ ਸੰਬੰਧੀ ਕੋਈ ਗੱਲ ਨਹੀਂ ਕੀਤੀ? ਨਾ 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 ਕੋਈ ਗੱਲ ਨਹੀਂ ਕੀਤੀ। ਠੀਕ ਹੈ ਜੀ। ਤੇ ਜਦੋਂ ਤੁਸੀਂ ਮੰਨ ਲਓ ਜਦੋਂ ਗਏ ਜੇ ਹੈਗੇ ਜੋ ਉਸ ਤੋਂ ਬਾਅਦ ਜੇ ਪੈਸੇ ਕਢਾਏ ਜਾਂ ਉਦੋਂ ਪਹਿਲਾਂ ਨਾ ਕਢਾ ਚੁੱਕੇ? ਪੈਸੇ ਪਹਿਲਾਂ ਕਢਾ ਚੁੱਕੇ ਸੀ ਜੀ। ਕਢਾ ਚੁੱਕੇ ਪੈਸੇ ਪਹਿਲਾਂ ਕਢਾ ਚੁੱਕੇ ਸੀ ਜੀ। ਮੈਂ ਸ਼ਾਮ ਨੂੰ ਗਿਆ ਆ, ਪੈਸੇ ਦਾ ਸਵੇਰ ਦੇ ਟਾਈਮ ਆ ਨਾਲ ਉਹਦਾ ਟਾਈਮ ਵੀ ਆਇਆ ਹੈ ਤੇ ਪੈਸੇ ਨਾ ਪਹਿਲਾਂ ਕਢਾ ਲਏ ਜੀ। ਅੱਛਾ, ਜੇ ਤੁਸੀਂ ਮੰਨ ਲਓ ਜਦੋਂ ਪੈਸੇ ਕਢਾ ਲਏ ਤੁਸੀਂ ਗਏ ਜੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੀ ਉਹਨਾਂ ਨਾਲ ਗੱਲ ਹੋਈ, ਕੋਈ ਤੁਹਾਡੀ ਹੋਈ ਗੱਲ ਉਹਨਾਂ ਨੂੰ ਸਟੇਟਮੈਂਟ ਬਾਰੇ ਪੁੱਛਿਆ ਜਾਂ ਉਹਨਾਂ ਨੇ ਤੁਹਾਨੂੰ ਸਟੇਟਮੈਂਟ ਦਿੱਤੀ ਕਿ ਸਮੇਂ 2016 ਦੇ ਸੀ ਕਿ ਜਾਂ ਇਹ ਕੀ ਉਸ ਤੋਂ ਬਾਅਦ ਦੇ ਵਿੱਚ? ਨਹੀਂ ਨਹੀਂ ਕੋਈ ਸਟੇਟਮੈਂਟ ਨਹੀਂ ਦਿੱਤੀ ਜੀ। ਤੇ ਹੁਣ ਜੇ ਗੱਲ ਕਰੀਏ 2016 ਦੇ ਵਿੱਚ ਪੈਸੇ ਤੁਸੀਂ ਕਹਿੰਦੇ ਸੀ ਗਲਤ, ਉਹ ਕਹਿੰਦੇ ਨੇ ਮੰਨ ਲਓ ਉਹਨਾਂ ਦਾ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਪੈਸੇ ਆ ਗਏ ਆ, ਕੋਈ ਵੀ ਟ੍ਰਾਂਜੈਕਸ਼ਨ ਹੋ ਗਈ ਹੈ, ਕਿ ਉਸ ਤੋਂ ਬਾਅਦ ਦੇ ਵਿੱਚ 50,000 ਤੁਹਾਡੇ ਖਾਤੇ ਵਿੱਚ ਕਦੇ ਪੈਸਾ ਹੁੰਦਾ ਸੀ ਜਾਂ 50,000 ਨਹੀਂ ਸੀ ਕਦੇ ਹੋਇਆ? ਖਾਤੇ 'ਚ ਤਾਂ ਪੈਸੇ ਹੁਣ ਵੀ ਪੈਸੇ ਜੇ ਜਿਸ ਦਿਨ ਇਹਨਾਂ ਨੇ ਮੇਰੇ 3-4 ਤਰੀਕ ਨੂੰ ਖਾਤੇ ਟ੍ਰਾਂਸਫਰ ਕੀਤੇ ਨੇ, 2 ਤਰੀਕ ਨੂੰ 1,00,000 ਬੇਟੇ ਨੇ ਮੇਰੇ ਖਾਤੇ ਟ੍ਰਾਂਸਫਰ ਕੀਤਾ ਜੀ। ਪੈਸੇ ਬੇਟੇ ਦੇ ਖਾਤੇ 'ਚ ਪਏ ਰਹਿੰਦੇ ਨੇ ਜੀ, ਪੈਸੇ ਮੇਰੇ ਖਾਤੇ 'ਚ ਪਏ ਰਹਿੰਦੇ ਨੇ। ਬੜਾ ਲੰਮੇ ਚਿਰ ਤੋਂ ਪੁਰਾਣਾ ਸਮੇਂ ਤੋਂ ਮੇਰਾ ਅਕਾਊਂਟ ਚੱਲਦਾ ਪਿਆ ਜੀ, ਇੱਥੇ ਮੇਰਾ ਵੀ ਚੱਲਦਾ, ਬੇਟੇ ਦਾ ਵੀ ਚੱਲਦਾ ਜੀ। ਸਭ ਪਹਿਲਾਂ ਸਾਡੀ ਫਰਮ ਦਾ ਅਕਾਊਂਟ ਵੀ ਇੱਥੇ ਚੱਲਦਾ ਸੀ ਜੀ, ਮੇਰਾ DM ਡਾਇਰੈਕਟਰੀ ਮੇਰੇ। ਹੁਣ ਜਦੋਂ ਤੁਸੀਂ ਜਾ ਕੇ ਸੰਪਰਕ ਕੀਤਾ ਹੁਣ ਤੁਹਾਨੂੰ ਕੀ ਉਹਨਾਂ ਜਵਾਬ ਕੀ ਦਿੱਤਾ ਹੈ ਕਿ ਅਸੀਂ ਕਿ ਅਕਾਊਂਟ ਬਾਰੇ ਕੀ ਕਿਹਾ ਨੇ? ਕੁਛ ਵੀ ਨਹੀਂ, ਗੱਲ ਹੀ ਨਹੀਂ ਕੋਈ ਕਰਦੇ ਜੀ, ਨਹੀਂ ਕਰ ਰਹੇ ਕੁਛ, ਕੋਈ ਕੋਈ ਗੱਲ ਨਹੀਂ ਕਰ ਰਿਹਾ ਜੀ। ਤੁਸੀਂ ਦਿਖਾ ਸਕਦੇ ਸਾਨੂੰ ਕਿ ਪੇਮੈਂਟ ਦਾ ਮੰਨ ਲਓ ਕੋਈ ਮੈਸੇਜ ਆਇਆ ਜਿਹੜਾ ਤੁਸੀਂ ਆਰੋਪ ਲਗਾ ਰਹੇ ਜੀ ਬੈਂਕ ਦੇ ਉੱਪਰ ਕਿ ਬੈਂਕ ਦੇ ਵੱਲੋਂ ਕਿ ਸਾਡੇ ਪੈਸੇ ਜਿਹੜੇ ਕਢਵਾ ਲਏ ਗਏ ਹੈਗੇ ਨੇ? ਤੁਸੀਂ ਗਰੀਬ ਗੱਲ ਕਰਦੇ ਤੇ 33,000 ਫਿਰ 34,000 ਦੀ ਤੁਹਾਡੀ FD ਬਣੀ ਹੈ, 34,000 ਦੀ ਤੁਹਾਡੀ ਜਿਹੜੀ ਕਿ FD ਜਿਹੜੀ ਹੈਗੀ ਕਿ 34,000 ਦੀ FD ਜਿਹੜੀ 21/4/2022 ਨੂੰ ਕਰਵਾਈ ਸੀ, 34,000 ਦੀ ਜਿਹੜੀ FD ਇਹਨਾਂ ਦੇ ਵੱਲੋਂ ਬਣਾਈ ਗਈ ਹੈ। ਮੈਂ ਆਪਣੇ ਸਹਿਯੋਗੀ ਨੂੰ ਕਹਾਂਗੇ ਇੱਕ ਵਾਰ ਤੁਹਾਨੂੰ ਅਸੀਂ ਫੋਨ ਦੇ ਵਿੱਚ ਮਾੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ।
ਤੁਸੀਂ ਦੇਖ ਸਕਦੇ ਐਫ ਡੀ ਜਿਹੜੀ ਤੋੜੀ ਗਈ ਹੈ 34,281 ਰੁਪਏ ਦੀ ਜਿਹੜੀ ਐਫ ਡੀ ਜਿਹੜੀ ਬਣੀ ਸੀਗੀ ਉਸ ਸਮੇਂ ਜਿਹੜਾ ਬੈਂਕ ਦਾ ਅਕਾਊਂਟ ਨੰਬਰ ਐਸ ਬੀ ਮਗਰ 3296 ਜਿਹੜਾ ਅਕਾਊਂਟ ਨੰਬਰ ਹੈਗਾ ਅਤੇ 23,064 ਸੀਗਾ ਪਹਿਲਾਂ ਅਤੇ 4-5 ਤਰੀਕ ਨੂੰ ਇਹ ਜਿਹੜੀ ਕਢਵਾਈ ਗਈ ਹੈਗੀ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਇਹ ਦਿਖਾਉਣੇ ਆ ਕਿ ਜਿਸ ਦਿਨ ਪੈਸੇ ਉਹਨਾਂ ਦੇ ਕਢਵਾਏ ਗਏ ਨੇ 50,107 ਰੁਪਈਏ ਜਿਹੜੇ ਨੇ ਇਸ ਅਕਾਊਂਟ ਦੇ ਵਿੱਚੋਂ ਕਢਵਾ ਲਏ ਗਏ ਨੇ 4-5 ਤਰੀਕ ਨੂੰ ਅਤੇ ਕਰੀਬ 14:01 ਦਾ ਅੰਦਾਜ਼ਾ ਸਮਾਂ ਹੈ ਜਦੋਂ ਇਹ ਪੈਸੇ ਕਢਵਾਏ ਗਏ ਹੈਗੇ ਨੇ ਅਤੇ ਹੁਣ ਜੇ ਗੱਲ ਕਰੀਏ ਕਿ ਬੈਂਕ ਵਾਲਿਆਂ ਨਾਲ ਤੁਹਾਨੂੰ ਕੋਈ ਉਹ ਸਟੇਟਮੈਂਟ ਵੀ ਨਹੀਂ ਦੇ ਰਿਹਾ ਕੁਛ ਨਹੀਂ ਦੇ ਰਿਹਾ ਹੈਗਾ ਅਤੇ ਅਗਲਾ ਤੁਸੀਂ ਹੁਣ ਕੀ ਕਰੋਗੇ ਮੈਂ ਤਾਂ ਕਚੂਮਰ ਕੋਲ ਜਾਵਾਂਗਾ ਜੀ ਮੈਂ ਆਰ ਬੀ ਆਈ ਕੋਲ ਗਿਆ ਸਾਂ ਆਰ ਬੀ ਨੂੰ ਮੈਂ ਮੇਲ ਕੀਤੀ ਜੀ ਆਰ ਬੀ ਮੇਲ ਕੀਤੀ ਆਰ ਬੀ ਕਹਿੰਦੇ ਕਿ ਸਾਡੇ ਕੋਲ ਸਿੱਧੀ ਪਹਿਲਾਂ ਤੁਸੀਂ ਮੇਲ ਨਹੀਂ ਕਰ ਸਕਦੇ ਪਹਿਲਾਂ ਤੁਸੀਂ ਇਹਦੇ ਹੈੱਡ ਆਫਿਸ ਚੇਨਈ ਮੇਲ ਕਰੋ ਫਿਰ ਚੇਨਈ ਮੇਲ ਕੀਤੀ 3 ਦਿਨ ਅੱਜ ਹੋ ਗਏ ਨੇ ਕੋਈ ਜਵਾਬ ਉੱਥੋਂ ਨਹੀਂ ਆਇਆ ਹੋ ਸਕਦਾ ਬੈਂਕ 'ਚ ਜਵਾਬ ਆਇਆ ਹੋਵੇ ਉਹ ਬੈਂਕ ਵਾਲੇ ਬਣਾ ਕੇ ਭੇਜਣਗੇ ਜੀ ਜਵਾਬ ਤਾਂ ਜੇ ਨਾ ਕੋਈ ਹੋਵੇਗਾ ਫਿਰ ਮੈਂ ਆਰ ਬੀ ਫਿਰ ਦੁਬਾਰਾ ਪਾਵਾਂਗਾ ਫਿਰ ਮੈਂ ਕਚੂਮਰ ਕੋਟ ਵੀ ਜਾਵਾਂਗਾ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਕਿੰਨੀ ਕਿੰਨੀ ਮਿਲੀ ਭੁਗਤ ਹੋ ਸਕਦੀ ਹੈ ਇਹ ਮੈਨੇਜਰ ਸਾਹਿਬ ਦੇ ਕੈਸ਼ੀਅਰ ਜੀ ਕੀ ਨਾਮ ਉਹਨਾਂ ਦਾ ਕੀ ਹੈਗਾ ਕੈਸ਼ੀਅਰ ਦਾ ਨਾਮ ਦੀਪਕ ਜੀ ਠੀਕ ਹੈ ਇਹਨਾਂ ਦੋਵਾਂ ਦੀ ਲੱਗਦਾ ਇਹਨਾਂ ਦੋਵਾਂ ਦੀ ਜੀ ਕਿਉਂਕਿ ਜੇ ਮੈਨੇਜਰ ਸਾਹਿਬ ਕਹਿ ਰਹੇ ਨੇ ਕਿ ਸਾਡਾ ਤਾਂ ਹੈਗਾ ਬੈਂਕ ਦਾ ਵਿਆਜ ਖਾਤਾ ਤੇ ਜੇ ਕੈਸ਼ੀਅਰ ਕਹਿੰਦਾ ਕਿਸੇ ਦੀ ਐਫ ਡੀ ਹੈ ਕਿਉਂਕਿ ਦੋਵਾਂ ਦੇ ਆਸੇ ਵਿਆਹ ਨਹੀਂ ਰਲਦੇ ਪਏ ਆ ਰਿਕਾਰਡਿੰਗ ਮੇਰੇ ਕੋਲ ਪਈ ਹੈ ਜੀ ਰਿਕਾਰਡਿੰਗ ਮੇਰੇ ਕੋਲ ਪਈ ਹੈ ਜੀ ਇਹ ਸਨ ਚਮਕੌਰ ਸਿੰਘ ਸੀ ਜਿਨ੍ਹਾਂ ਦੇ ਨਾਲ ਠੱਗੀ ਬੈਂਕ ਨੇ ਖੁਦ ਜਿਹੜੀ ਕਿ ਠੱਗੀ ਮਾਰੀ ਗਈ ਇਹਨਾਂ ਦੇ ਵੱਲੋਂ ਦੋਸ਼ ਜਿਹੜੇ ਨੇ ਲਗਾਏ ਜਾ ਰਹੇ ਹੈਗੇ ਨੇ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੇ 34,000 ਦੀ ਜਿਹੜੀ ਐਫ ਡੀ ਤਾਂ ਬਾਕੀ ਕੁਝ ਜਿਹੜੀ ਰਕਮ ਸੀ ਕਰਾ ਕੇ 50,000 ਅਤੇ 107 ਰੁਪਏ ਜਿਹੜੇ ਵਿੱਚੋਂ ਕਢਾ ਲਏ ਗਏ ਨੇ ਪਰ ਇਹਨਾਂ ਦੇ ਵੱਲੋਂ ਇੱਕੋ ਇੱਕ ਕਿਹਾ ਜਾ ਰਿਹਾ ਹੈਗਾ ਕਿ ਬੈਂਕ ਨੂੰ ਚਾਹੀਦਾ ਸਾਡੇ ਨਾਲ ਸੰਪਰਕ ਕਰਨ ਤੋਂ ਇਹ ਬਾਅਦ ਦੇ ਵਿੱਚ ਅਸੀਂ ਜੇ ਨਾ ਪੇਮੈਂਟ ਵਾਪਸ ਕਰਦੇ ਨਾ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਟੇਟਮੈਂਟ ਦਿੱਤੀ ਗਈ ਹੈਗੀ ਹੈ ਸਾਡੇ ਬਿਨਾਂ ਪੁੱਛੇ ਤੋਂ ਜਿਹੜਾ ਕਿ ਬੈਂਕ ਦੇ ਵੱਲੋਂ 50,000 ਰੁਪਇਆ ਸਾਡੀ ਜਿਹੜੀ ਮਿਹਨਤ ਕਰਕੇ ਜਿਹੜੇ ਅਸੀਂ ਆਪਣਾ ਪੈਸਾ ਜਿਹੜਾ ਸੇਵ ਕੀਤਾ ਸੀ ਉਹ ਜਿਹੜਾ ਬੈਂਕ ਦੇ ਵੱਲੋਂ ਜਿਹੜੀ ਠੱਗੀ ਜਿਹੜੀ ਕਿ ਮਾਰੀ ਗਈ ਹੈਗੀ ਹੈ ਬਾਕੀ ਦੇਖਦੇ ਹਾਂ ਕਿ ਬੈਂਕ ਵਾਲਿਆਂ ਦਾ ਕੀ ਕਹਿਣਾ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਬਾਰੇ ਜਿਹੜਾ ਕੀ ਕਹਿਣਾ ਕੈਮਰਾਮੈਨ ਨਾਲ ਸਿਮਰਨ ਸਿੱਧੂ ਪੰਜਾਬ ਟੂਡੇ ਫਿਰੋਜ਼ਪੁਰ